ਕੁੱਤਿਆਂ ਦੀ ਦੌੜ ਚ ਨੀ ਭੱਜਦੇ, ਰੌਲਾ ਤੁਹਾਡੇ ਨਾਲ ਮੇਰਾ ਕੋਈ ਵਿਚਾਰ ਨਹੀਂ। ਔਰ ਜੰਗਾਂ ਵਿੱਚ ਏ ਤੇ ਆਉਂਦੀ ਮਿੱਠੀਏ, ਤੇ ਲਾਇੜਾ ਚੋਂ ਆਉਂਦਾ ਤੇਰਾ ਯਾਰ ਨਹੀਂ। ਜੰਗਾਂ ਵਿੱਚ ਏ ਤੇ ਆਉਂਦੀ ਮਿੱਠੀਏ। ਹਾਂਜੀ ਗਾਇਸ, ਕੀ ਹਾਲ ਚਾਲ ਹੈ ਜੀ, ਵੈਲਕਮ ਬੈਕ ਟੂ ਜੱਟ ਲਾਈਫ ਟੀਵੀ। ਮੈਂ ਤੁਹਾਡਾ ਭਰਾ ਜਸਪ੍ਰੀਤ ਲੈ ਕੇ ਆਇਆ ਜੀ ਤੁਹਾਡੇ ਸਾਰਿਆਂ ਦੇ ਲਈ ਇੱਕ ਹੋਰ ਯੂਟਿਊਬ ਵੀਡੀਓ। ਅਤੇ ਬਾਈ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ, ਅਤੇ ਬਾਈ ਜਿੱਥੇ ਵੀ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਕਰਦੇ ਹਾਂ ਸ਼ੁਰੂ ਅੱਜ ਦੀ ਵੀਡੀਓ। ਅੱਜ ਆਪਾਂ ਚੱਲੇ ਹਾਂ ਜੀ ਕੈਲਗਰੀ ਦੇ ਇੱਕ ਬਹੁਤ ਹੀ ਜ਼ਿਆਦਾ ਬਿਊਟੀਫੁਲ ਸੀਨਿਕ ਵਿਊ ਵੇਖਣ। ਘਰ ਬੈਠਾ ਯਾਰ ਆਇਆ ਸੀਗਾ ਬਾਈ ਕੰਮ ਤੋਂ, ਅਤੇ ਮੈਂ ਕਿਹਾ ਯਾਰ ਵਿਹਲੇ ਬੈਠਣ ਨਾਲੋਂ ਰੈਦਰ ਦੈਨ ਚੱਲਦੇ ਹਾਂ ਭਰਾਵਾਂ ਨੂੰ ਕੁਝ ਵਧੀਆ ਚੀਜ਼ ਵਿਖਾ ਕੇ ਲਿਆਉਂਦੇ ਹਾਂ, ਅਤੇ ਚੱਲਦੇ ਹਾਂ ਜੀ। ਅੱਜ ਦਿਨ ਵੀ ਵਧੀਆ ਆ, ਹਾਈਏ ਥੋੜ੍ਹਾ ਜਿਹਾ ਬੱਦਲ ਆ ਗਿਆ, ਪਰ ਮੈਨੂੰ ਇੰਨਾ ਪਤਾ ਆ ਥੋੜ੍ਹੀ ਦੇਰ ਬਾਅਦ ਫਿਰ ਥੋੜ੍ਹਾ ਬਹੁਤਾ ਸੂਰਜ ਆ ਜਾਣਾ ਆ। ਜਿੱਥੇ ਆਪਾਂ ਚੱਲੇ ਜੀ ਇਹ ਜਗ੍ਹਾ ਹੈਗੀ ਆ ਜਿੱਥੋਂ ਆਪਣਾ ਕੈਲਗਰੀ ਦਾ ਡਾਊਨ ਟਾਊਨ ਪੂਰਾ ਦਿਖਦਾ ਆ। ਇਹ ਹਿੱਲ ਜੀ ਹੈਗੀ ਆ, ਉਹਦੇ ਆਪਾਂ ਸਾਈਡ 'ਤੇ ਕਾਰ ਲਾ ਕੇ ਖੜ ਸਕਦੇ ਹਾਂ, ਬਹਿ ਸਕਦੇ ਹਾਂ, ਅਤੇ ਜਿਹੜਾ ਉਹ ਜਿਹੜਾ ਵਿਊ ਆ ਉਹਨੂੰ ਇੰਜੋਏ ਕਰ ਸਕਦੇ ਹਾਂ। ਮੈਂ ਕਿਹਾ ਚੱਲਦੇ ਹਾਂ, ਕਿਉਂਕਿ ਕਰਨ ਲੱਗੇ ਜੀ ਤੁਰਨ ਆਪਣੀ ਕਮੈਰੋ, ਉਹਨੂੰ ਵੀ ਕਿਸੇ ਦਿਨ ਕੱਢਦੇ ਹਾਂ ਯਾਰ। ਉਹ ਵਿਚਾਰੀ ਵੀ ਨਾ ਬੜੇ ਟਾਈਮ ਤੋਂ ਘਰ ਬੈਠੀ ਆ, ਐਟਲੀਸਟ 20 ਦਿਨ ਹੋ ਚੁੱਕੇ ਆ, ਮੈਂ ਉਹਨੂੰ ਸਟਾਰਟ ਨਹੀਂ ਕੀਤਾ ਅਜੇ ਤੱਕ, ਪਰ ਛੇਤੀ ਕਰਦੇ ਹਾਂ ਉਹਨੂੰ ਸਟਾਰਟ। ਅਤੇ ਉਹਦੇ ਉੱਤੇ ਵੀ ਬਾਈ ਘੈਂਟ ਘੈਂਟ ਜੇ ਵਲੋਗਸ ਬਣਾਇਆ ਕਰਾਂਗੇ, ਨਹੀਂ ਤਾਂ ਵੇਚ ਦਾਂਗੇ, ਦੋਨਾਂ 'ਚੋਂ ਇੱਕ ਕੰਮ ਹੀ ਹੋਣਾ। ਬਾਕੀ ਬਾਈ ਲਾਈਫ ਦੇ ਵਿੱਚ ਅੱਗੇ ਵਧੋ, ਜਸਟ ਡੂ ਇਟ, ਓਕੇ, ਜਸਟ ਡੂ ਇਟ। ਹੁਣ ਚੱਲਦੇ ਹਾਂ ਜੀ ਪਹਿਲਾਂ ਪੈਟਰੋਲ ਪੰਪ 'ਤੇ, ਤੇਲ ਪਵਾ ਲਈਏ ਗੱਡੀ ਦੇ ਵਿੱਚ, ਤਾਂ ਗੱਡੀ 'ਚ ਤੇਲ ਪਵਾ ਕੇ ਮੁੜ ਕੇ ਫਿਰ ਕੁਛ ਖਾਣ ਨੂੰ ਚੱਕਦੇ ਹਾਂ। ਆ ਗਿਆ ਜੀ ਫਿਰ ਯੀਲਡ ਸਾਈਨ, ਜਿਨ੍ਹਾਂ ਨੇ ਡਰਾਈਵਿੰਗ ਵੀਡੀਓ ਦੇਖੀ ਬਾਈ ਉਹ ਇਸੇ ਥਾਂ 'ਤੇ ਸ਼ੂਟ ਕੀਤੀ ਆ ਆਪਾਂ। ਬਾਈ ਘੈਂਟ ਮੌਸਮ ਆ ਅੱਜ, ਘੈਂਟ ਵੈਦਰ, ਕੋਈ ਚੱਕਰ ਨਹੀਂ, ਘੈਂਟ ਨਾ ਬਾਈ ਕਾਰਾਂ। ਬਾਬੇ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਕਨੇਡਾ, ਆ ਜਾਓ ਕਨੇਡਾ, ਆ ਜਾਓ, ਕਾਰਾਂ ਲੈ ਲਓ, ਕਾਰਾਂ ਲੈ ਲਓ, ਕਰ ਲੈ ਲਓ, ਕਰ ਲੈ ਲਓ। ਏਦਾਂ ਬਾਈ ਕਾਰਾਂ ਰੁਕ ਜਾਂਦੀਆਂ, ਆਪਣੀ ਵਾਰੀ, ਆਪਾਂ ਤੋਰ ਲੈਣੀ ਗੱਡੀ। ਹੁਣ ਇਹ ਗੱਲਾਂ ਵਾਰ ਵਾਰ ਨਾ ਕਰਾਂ, ਕਿਉਂਕਿ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਆ, ਲਾਸਟ ਵੀਡੀਓ ਹੀ ਆਪਣੀ ਹਾਊ ਟੂ ਡਰਾਈਵ ਅ ਕਾਰ ਇਨ ਕੈਨੇਡਾ ਹੈਗੀ ਆ। ਬਾਈ ਜਾਓ ਤੇ ਚੈੱਕ ਕਰੋ, ਇੱਦਾਂ ਹੈਂਡ ਹੈਲਡ ਫੋਨ ਨਾ ਯੂਜ਼ ਕਰੋ। ਆਈ ਟੋਲਡ ਯੂ ਗਾਇਸ, ਬਟ ਕੀ ਕਰੀਏ ਯਾਰ, ਹੁਣ ਤੁਹਾਨੂੰ ਕੰਟੈਂਟ ਤਾਂ ਵਿਖਾਉਣਾ ਹੀ ਆ ਬਾਈ। ਇੱਥੇ ਚੱਕਰ ਇਹਦਾ ਤੁਹਾਨੂੰ ਗੱਡੀ ਕਰਨੀ ਪੈਂਦੀ ਬੰਦ, ਜਸਟ ਫਿਊਲ ਅਪ। ਹੁਣ ਤੇਲ ਪਵਾਉਣ ਦੇ ਲਈ ਆਪਾਂ ਨੂੰ ਕਰਨਾ ਕੁਛ ਨਹੀਂ ਬਾਈ, ਇੱਥੇ ਆ ਗਏ, ਇੱਥੇ ਲੱਗਦਾ ਜੀ ਕਾਰਡ, ਕਾਰਡ ਨੂੰ ਕਰਨਾ ਪੈਂਦਾ ਇੱਥੇ ਟੈਪ, ਦਬਾ ਟੈਪ ਕਰ ਦਈਏ। ਇਹ ਆਪਾਂ ਨੂੰ ਕਹਿ ਦਿੰਦਾ ਜੀ, ਪਤਾ ਨਹੀਂ ਕੀ ਕਹਿੰਦਾ ਪਿਆ, ਕੋਈ ਦੱਸਦਾ ਹੀ ਨਹੀਂ ਪਿਆ। ਹਾਂਜੀ ਰਸੀਦ ਨਹੀਂ ਚਾਹੀਦੀ ਬਾਬਿਓ। ਹੁਣ ਕਰਦੇ ਹਾਂ ਜੀ ਮੈਕਸੀਮਮ 75 ਚੱਲੂਗਾ, ਅਤੇ ਨਹੀਂ ਯਾਰ ਇੱਕ ਓਕੇ ਆ, ਚੱਲ ਠੀਕ ਆ 75, ਯੈਸ, ਕਿਉਂਕਿ 75 ਦੇ ਵਿੱਚ ਮੇਰੀ ਹੋ ਜਾਣੀ ਆ ਫੁੱਲ, ਜਿਹੜਾ ਇਹਦਾ ਟੈਂਕ ਆ, ਕਿਉਂਕਿ ਇਸ ਟਾਈਮ 9 ਪੁਆਇੰਟਸ ਬਹੁਤ ਪੁੱਛਦੇ ਆ ਰਹੇ, ਅਤੇ ਹਰ ਜਗ੍ਹਾ 'ਤੇ ਨਾ ਤੁਹਾਨੂੰ ਪੁਆਇੰਟ ਮਿਲਦੇ ਆ, ਤਾਂ ਕਿ ਤੁਸੀਂ ਹੁਣ ਏ ਗ੍ਰੇਡ ਪਾਉਣਾ ਜੀ ਆਪਾਂ, ਰੈਗੂਲਰ ਗੈਸ 96.9 ਦੀ ਹੈਗੀ ਆ, ਅਤੇ ਪਵਾ ਕੇ ਛੱਡ ਦੇਣਾ। ਇਹ ਤਾਂ ਬਈ ਸਾਰਾ ਕੁਝ ਆਪੇ ਕਰਨਾ ਪੈਂਦਾ, ਤੁਹਾਨੂੰ ਪਹਿਲਾਂ ਦੱਸਦਾ, ਚਾਹੇ ਭਾਂਡੇ ਮਾਂਜਣੇ ਹੋਣ ਆਪਣੇ, ਚਾਹੇ ਆਪਣੇ ਕੱਪੜੇ ਧੋਣੇ ਹੋਣ, ਚਾਹੇ ਜ਼ਿੰਦਗੀ 'ਚ ਕੁਝ ਬਣਨਾ ਹੋਵੇ, ਚਾਹੇ ਚਾਹੇ ਪੈਟਰੋਲ ਪਾਉਣਾ ਹੋਵੇ, ਤੁਹਾਨੂੰ ਸਭ ਕੁਝ ਆਪ ਹੀ ਕਰਨਾ ਪੈਂਦਾ। ਸੋ ਜਸਟ ਡੂ ਇਟ, ਜਸਟ ਡੂ ਇਟ ਬਾਬਿਓ। ਟੈਂਕੀ ਹੋ ਗਈ ਹੈ ਫੁੱਲ, ਰੱਖੀ ਜੀ, ਨਿਕਲੀਏ ਬਾਹਰ ਅਤੇ ਚੱਕੀਏ ਕੁਝ ਪੀਣ ਨੂੰ ਜਾਂ ਖਾਣ ਨੂੰ। ਇੱਥੇ ਬਾਈ ਇੱਕ, ਹੁਣ ਜੇ ਮੈਨੂੰ ਕੋਈ ਕਹਿਣਾ ਤਾਂ ਭੈਣ ਭਰਾ ਵੇਖ ਰਿਹਾ ਨਾ, ਇੱਥੇ ਬਾਈ ਹਰ ਇੱਕ ਚੀਜ਼ ਇੰਨੀ ਕੁ ਜ਼ਿਆਦਾ ਅਵੇਲੇਬਲ ਆ, ਸਪੈਸ਼ਲੀ ਫੂਡ, ਹੈ ਨਾ। ਇਹ ਤਾਂ ਕੋਈ ਬੰਦਾ ਬਾਈ ਭੁੱਖਾ ਨਹੀਂ ਮਾਰਦਾ, ਜਿਹੜਾ ਤੁਹਾਨੂੰ ਇਹ ਕਹਿੰਦਾ ਨਾ ਯਾਰ ਮੈਂ ਕੈਨੇਡਾ ਜਾ ਕੇ ਭੁੱਖਾ ਮਾਰਦਾ, ਝੂਠ ਬੋਲਦਾ। ਉਹਨੇ ਉਹਨੂੰ ਕੱਢੋ 2-4 ਗਾਲਾਂ ਆਪਣੇ ਵੱਲੋਂ ਵੀ ਅਤੇ ਮੇਰੇ ਵੱਲੋਂ ਵੀ, ਕਿਉਂਕਿ ਇੱਥੇ ਹਰ ਬੰਦੇ ਨੂੰ ਖਾਣ ਨੂੰ ਰੋਟੀ ਬਾਈ ਬਹੁਤ ਈਜ਼ਲੀ ਅਵੇਲੇਬਲ ਆ। ਤੁਸੀਂ ਬਸ ਮੈਕਡੋਨਲਡਸ, ਡੋਮੀਨੋਜ, ਕਿਤੇ ਵੀ ਤੁਸੀਂ ਚੱਲ ਜਾਓ, ਉਹਦੇ ਜਾ ਕੇ ਬਾਈ ਤੁਸੀਂ ਡਾਲਰ, ਤੁਹਾਡੇ ਮਜ਼ਾ ਹੀ 10 ਲੱਗਣੇ ਆ, $10 ਬਾਈ, ਬਹੁਤ ਐਡੀ ਵੱਡੀ ਗੱਲ ਨਹੀਂ। ਔਰ ਇਹਦੇ ਮਿਨੀਮਮ ਬੰਦਾ ਅਰਾਊਂਡ $10 to $15 ਇੱਕ ਘੰਟੇ ਦੇ ਕਮਾਉਂਦਾ ਹਰ ਬੰਦਾ, ਹੈ ਨਾ। ਜਿਹੜਾ ਬੰਦਾ ਮਿਹਨਤ ਕਰ ਰਿਹਾ, ਕੰਮ ਕਰਕੇ ਰਾਜੀ ਨਹੀਂ, ਵਿਹਲੜ ਆ, ਆਲਸ ਕਰਦਾ, ਹਾਂ ਉਹਦੇ ਲਈ ਥੋੜ੍ਹਾ ਜਿਹਾ ਹਾਰਡ ਆ ਬਾਈ, ਰੋਟੀ ਰੋਟੀ ਵੀ ਖਾਣਾ, ਹੈ ਨਾ। ਨਹੀਂ ਤਾਂ ਓਵਰਆਲ ਜਿੰਨੇ ਵੀ ਬੰਦੇ ਇੱਥੇ ਰਹਿੰਦੇ ਆ ਬਾਈ, ਈਜ਼ਲੀ ਅਵੇਲੇਬਲ ਆ ਫੂਡ। ਹੁਣ ਆਪਾਂ ਤੁਹਾਨੂੰ ਜ਼ਿਆਦਾ ਬੋਰ ਨਾ ਕਰਦੇ ਹੋਏ, ਦਿਮਾਗ ਲਾਈਏ, ਕੋਈ ਸੋਚੀਏ ਤੇ ਪਹੁੰਚੀਏ, ਤੁਹਾਨੂੰ ਮੈਂ ਹੁੰਦੇ ਆ ਕੀ ਖਾਣਾ ਅੱਜ ਮੈਂ, ਅੱਜ ਤੁਹਾਨੂੰ ਉਹਨੇ ਕੀ ਖਾਣਾ ਵਾ, ਵਾਹ ਦੇਖ ਲਓ ਬਾਈ, ਇੱਦਾਂ ਦੇ ਵਲੋਗ ਹੋਣੇ ਚਾਹੀਦੇ ਕਿ ਲਈ ਪਤਾ ਕਰ ਰਿਹਾ ਅੱਜ ਮੈਂ ਕੀ ਖਾ ਰਿਹਾ, ਅੱਜ ਮੈਂ ਕੀ ਪਾ ਰਿਹਾ, ਅੱਜ ਮੈਂ ਕਿੱਥੇ ਜਾ ਰਿਹਾ, ਜੋ ਵੀ ਹੈ ਨਾ। ਆਪਾਂ ਮੈਨੂੰ ਥੋੜ੍ਹਾ ਦਿਮਾਗ ਲਾ ਲੈਣ ਦਿਓ, ਖਾਣਾ ਕੀ ਹੈ, ਕਿਉਂਕਿ ਲੈ ਦੇ ਕੇ ਮੈਨੂੰ ਐਂ ਲੱਗਦਾ ਕਿ ਮੈਂ ਕੌਫੀ ਨਾ ਚੱਕ ਲਵਾਂ, ਜੋ ਕਿ ਹੁਣ ਮੈਨੂੰ ਲੱਗ ਰਿਹਾ ਕਿ ਮੈਂ ਚੱਕੂੰਗਾ, ਮੇਰਾ ਦਿਮਾਗ ਮੈਨੂੰ ਕਹਿ ਰਿਹਾ ਕੌਫੀ ਪੀ ਲੈ, ਪਰ ਨਹੀਂ ਯਾਰ, ਆਪਾਂ ਕੁਛ ਚੱਜ ਦੀ ਚੀਜ਼ ਚੱਕਦੇ ਹਾਂ, ਮੇ ਬੀ ਸਬਵੇ ਵਗੈਰਾ ਚੱਕਦੇ ਹਾਂ ਕੁਛ,
ਸਬਵੇ ਚੱਕਦੇ ਆ। ਆ ਗਏ ਜੀ ਸਬਵੇ ਤੇ ਮੋਸਟ ਲਾਈਕਲੀ ਆ ਵੈਜੀ ਪੈਟੀ ਵਾਲਾ ਖਾਵਾਂਗੇ ਆਪਾਂ। ਹਾਂ $7 ਨਾਈਸ। ਸਬਵੇ ਤੋਂ ਬਾਈ ਆਪਾਂ ਲਿਆਂਦਾ ਸੈਂਡਵਿਚ, ਹੁਣ ਮੈਂ ਛੱਕ ਲਵਾਂ, ਛੱਕ ਕੇ ਫਿਰ ਤੁਰਦੇ ਆ। ਬਾਈ ਚਸ਼ਮਾ ਮੈਂ ਇਸ ਕਰਕੇ ਲਾਇਆ ਕਿਉਂਕਿ ਮੈਂ ਹੁਣੇ ਪਿਛਲੀ ਵੀਡੀਓ ਦੇਖੀ ਆਪਣੇ ਆਪ ਚੈੱਕ ਕਰਨ ਦੇ ਲਈ, ਮੇਰੀਆਂ ਅੱਖਾਂ ਵਿੱਚ ਐਂ ਲੱਗਣ ਦੀਆਂ ਜਿਵੇਂ ਮੈਂ ਪਤਾ ਨਹੀਂ ਕਿੰਨੇ ਦਿਨਾਂ ਸੁੱਤਾ ਨਹੀਂ ਹੁੰਦਾ। ਸੋ ਆਈ ਵਾਜ਼ ਲਾਈਕ ਚਸ਼ਮਾ ਪਾ ਲੈਣਾ ਚਾਹੀਦਾ। ਠੀਕ ਹੈ ਜੀ, ਦਿਓ ਮੈਨੂੰ 5 ਮਿੰਟ ਛੱਕ ਕੇ ਫਿਰ ਪਹੁੰਚਦੇ ਹਾਂ ਉੱਥੇ। ਹਾਂਜੀ ਹੁਣ ਆਪਾਂ ਪਹੁੰਚ ਗਏ ਜੀ, ਗੱਡੀ ਆਪਾਂ ਕਰਤੀ ਆ ਪਾਰਕ ਤੇਰਾ ਜੱਟ। ਅਤੇ ਬਾਈ ਹੁਣ ਤੁਹਾਨੂੰ ਵਿਖਾਉਂਦੇ ਹਾਂ ਕਿੱਦਾਂ ਲੱਗਦਾ ਸਾਡੇ ਇੱਥੋਂ ਵਿਊ, ਬਹੁਤ ਸੋਹਣਾ ਵਿਊ ਆ ਸੀਰੀਅਸਲੀ। ਪਰ ਪਹਿਲਾਂ ਤੁਸੀਂ ਦੇਖੋ ਬਾਈ ਆਹ ਸੇਬ ਲੱਗੇ ਹੋਏ ਆ ਪੇੜਾਂ 'ਤੇ, ਤੁਸੀਂ ਤੋੜ ਕੇ ਖਾ ਸਕਦੇ ਆ। ਆਏ ਬਾਈ ਸੇਬ ਲੱਗੇ ਹੁੰਦੇ ਇੱਥੇ, ਪਰ ਹੁਣ ਸੇਬਾਂ ਨੂੰ ਛੱਡੋ, ਤੁਸੀਂ ਵਿਊ ਦੇਖੋ। ਆਹ ਵਿਊ ਹੈਗਾ ਜੀ ਸਾਡੇ ਕੈਲਗਰੀ ਸ਼ਹਿਰ ਦਾ। ਅਤੇ ਇੱਦਾਂ ਤੁਸੀਂ ਇਸ ਸਾਈਡ ਪਾਰਕ ਲਾ ਸਕਦੇ ਆ ਕਾਰਾਂ ਨੂੰ, ਜਾਂ ਉੱਧਰਲੀ ਸਾਈਡ, ਪਰ ਸੱਜੇ ਖੱਬੇ ਵੇਖ ਕੇ ਬਾਈ ਰੋਡ ਕ੍ਰੋਸ ਕਰੀਏ। ਅਤੇ ਆਹ ਆਇਆ ਬਾਈ ਵਿਊ ਇਸ ਜਗ੍ਹਾ ਤੋਂ। ਸੇਬ ਨੂੰ ਤਾਂ ਨਹੀਂ ਭੁੱਲ ਗਏ ਤੁਸੀਂ, ਪਰ ਇਹ ਬਾਈ ਜੰਗਲੀ ਸੇਬ ਨੇ, ਇਹਨਾਂ ਤੁਸੀਂ ਖਾਓ ਨਾ, ਇਹਨਾਂ 'ਚ ਕੋਈ ਬਾਈ ਬਿਮਾਰੀ ਬਿਮੂਰੀ ਵੀ ਹੋ ਸਕਦੀ ਆ। ਆਹ ਵਿਊ ਆ ਇਹਨੂੰ ਨਾ ਭੁੱਲੋ। ਅਤੇ ਹੁਣ ਤਾਰਾਂ ਜੀਆਂ ਕ੍ਰੋਸ ਕਰ ਜਾਈਏ। ਅਤੇ ਬਾਈ ਤੁਸੀਂ ਇੱਥੇ ਬੈਂਚ ਲੱਗਿਆ ਹੋਇਆ, ਇੱਥੇ ਆ ਕੇ ਤੁਸੀਂ ਬਹਿ ਸਕਦੇ ਆ, ਅਤੇ ਬਹਿ ਕੇ ਤੁਸੀਂ ਆਪਣਾ ਵਿਊ ਦੇਖ ਸਕਦੇ ਆ। ਜਿੱਦਾਂ ਉਹਦਾ ਇੰਗਲਿਸ਼ ਫਿਲਮਾਂ 'ਚ ਨਹੀਂ ਹੁੰਦਾ, ਜਬ ਵੀ ਮੈਂ ਉਦਾਸ ਹੋ ਜਾਤਾ ਹੂੰ ਮੈਂ ਯਹਾਂ ਪੇ ਆ ਜਾਤਾ ਹੂੰ ਔਰ ਬੈਠ ਜਾਤਾ ਹੂੰ ਆਪਣੇ ਗਮੋ ਕੋ ਬੁਲਾ ਦਿੱਤਾ ਹੂੰ ਯਹਾਂ ਪੇ ਬੈਠ ਕੇ। ਅਤੇ ਇਹ ਵਿਊ ਆ ਬਾਈ ਇੱਧਰਲੇ ਬੰਨਿਓ, ਜੇ ਤੁਹਾਨੂੰ ਵਿਖਾਈਏ ਉਹ ਝੰਡਾ ਲੱਗਾ ਜੀ ਕੈਨੇਡਾ ਦਾ। ਅਤੇ ਜੇ ਆਪਾਂ ਇੱਧਰਲੀ ਸਾਈਡ ਦੇਖੀਏ, ਕੋਠੀਆਂ ਪਾਈਆਂ ਬਾਈ ਗੋਰਿਆਂ ਨੇ, ਦੇਖ ਲਓ ਹਰ ਇੱਕ ਘਰ ਡਿਫਰੈਂਟ ਆ। ਪਹਿਲਾ ਲਾਲ, ਦੂਜਾ ਡਿਫਰੈਂਟ, ਤੀਜਾ ਡਿਫਰੈਂਟ, ਚੌਥਾ ਡਿਫਰੈਂਟ, ਪੰਜਵਾਂ, ਔਰ ਲਾਸਟ ਵਾਲਾ ਤਾਂ ਹੋਰ ਵੀ ਘੈਂਟ ਆ। ਕੋਈ ਨਹੀਂ ਛੇਤੀ ਲਵਾਂਗੇ ਬਾਈ, ਜੇ ਮਹਾਰਾਜ ਨੇ ਚਾਹਿਆ ਤਾਂ, ਜ਼ਿਆਦਾ ਟਾਈਮ ਨਹੀਂ ਬਚਿਆ, ਹੁਣ ਇੱਕ ਹੋਰ ਸਰਪ੍ਰਾਈਜ਼ ਦੇਵਾਂਗੇ ਤੁਹਾਨੂੰ। ਪਰ ਤਬ ਤੱਕ ਲਈ ਛੋਟੇ ਜਿਹੇ ਸੇਬ ਕੈਨੇਡਾ ਦੇ ਪੇੜਾਂ 'ਤੇ, ਅਤੇ ਭਰਾ ਤੁਹਾਡਾ, ਅਤੇ ਵਿਊ ਜੱਟ ਲਾਈਫ ਟੀ ਵੀ। ਗਾਈਸ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਅਤੇ ਜੇ ਤੁਸੀਂ ਹਜੇ ਤੱਕ ਆਪਣੇ ਚੈਨਲ ਦੇ ਉੱਤੇ ਸਾਰੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਛੇਤੀ ਛੇਤੀ ਦੇਖੋ। ਹੁਣ ਮੈਂ ਤਾਂ ਥੋੜ੍ਹੀ ਦੇਰ ਬਹੂੰਗਾ ਬਾਈ, ਐਡੀ ਦੀ ਗੱਲ ਵੀਡੀਓ ਐਂਡ ਕਰਨ ਲੱਗਾ। ਮਿਲਦੇ ਹਾਂ ਅਗਲੀ ਵੀਡੀਓ 'ਚ, ਬਾਏ।